ਪਹਿਲੀ ਗੱਲ ਮੈਂ ਕਹਿਣਾ ਚਾਹੁੰਦਾ ਜਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਵੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਬਾਲ ਕੱਟੇ ਹੈ ਤੇ ਕੱਲਾ ਪੱਗ ਬਣਾਉਂਦਾ ਹੋਣ ਵਾਸਤੇ ਕਿਉਂ ਸਿੱਖ ਹੈ ਨਾ ਉਹਨੂੰ ਸਿੱਖ ਇਤਿਹਾਸ ਬਾਰੇ ਪਤਾ ਨਾ ਮਰਿਆਦਾ ਬਾਰੇ ਪਤਾ ਤੇ ਇਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਉਹਨੂੰ ਦੇਖਦੇ ਹਾਂ ਉਹਦੇ ਬਿਆਨ ਸੁਣਦੇ ਹਾਂ ਹਰ ਰੋਜ਼ ਇਹੋ ਜਿਹੇ ਬਿਆਨ ਦਿੰਦਾ ਇਹੋ ਜਿਹੀਆਂ ਉਹਦੀਆਂ ਕਰਤੂਤਾਂ ਹੈ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਇਹੋ ਜਿਹੇ ਮਾੜੇ ਬੰਦੇ ਇਨਸਾਨ ਕੋਲ ਚਲੀ ਗਈ ਹੈ